ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਦੋਸਤੋ ਬਹੁਤ ਹੀ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਇਆ ਤੇ ਕਾਫੀ ਚਿਰ ਹੋ ਗਿਆ ਦੋਸਤੋ, ਤੁਹਾਨੂੰ ਯਾਦ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਰੀਕ ਦਿੱਤੀ ਸੀ ਤੇ ਨਾਲੇ ਦੋ ਤਿੰਨ ਸਵਾਲ ਸੀ ਹਾਈ ਕੋਰਟ ਦੇ, ਉਹਨਾਂ ਦੇ ਵੀ ਜਵਾਬ ਜਿਹੜੇ ਸੀ ਪੰਜਾਬ ਸਰਕਾਰ ਤੋਂ ਤਲਬ ਕੀਤੇ ਸੀ। ਇੱਕ ਇਹਨਾਂ ਦਾ ਕੁਐਸਚਨ ਸੀ ਕਿ ਤੁਹਾਡੇ ਕੋਲ ਇੰਨੀ ਪੋਸਟਾਂ ਖਾਲੀ ਪਈ ਹੈ, ਨਾਲੇ ਪੜ੍ਹੇ ਲਿਖੇ ਜਿਹੜੇ ਹੈ ਬੰਦੇ ਤੁਹਾਡੇ ਪੰਜਾਬ ਵਿੱਚ ਬਥੇਰੇ ਹੈ, ਫਿਰ ਵੀ ਤੁਸੀਂ ਪੋਸਟਾਂ ਕਿਉਂ ਨਹੀਂ ਕੱਢਦੇ? ਹਾਲੇ ਤੱਕ ਦੋਸਤੋ ਪੰਜਾਬ ਸਰਕਾਰ ਦੀ ਤਰੀਕ ਦੇ ਤਾਂ ਦਿਨ ਬਾਕੀ ਪਏ ਹੈ, ਭੁਗਤਾਈ ਨਹੀਂ। ਬਟ ਅੱਜ ਫਿਰ ਇਹਨਾਂ ਅਧਿਆਪਕਾਂ ਨੇ ਜਿਹੜੇ ਬੇਰੋਜ਼ਗਾਰ ਨੇ, ਇਹਨਾਂ ਨੇ ਧਰਨੇ ਲਾਏ ਤੇ ਇਹ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਹੈ ਵਿਜੇਂਦਰ ਸਿੰਗਲਾ, ਉਹਨਾਂ ਨੂੰ ਘੇਰਨਗੇ। ਉਹਨਾਂ ਦੇ ਜਿਹੜੇ ਨਿਵਾਸ ਸਥਾਨ ਹੈ ਦੋਸਤੋ, ਉਸ ਨੂੰ ਘੇਰਨ ਗਏ ਸੀ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ 300 ਅਧਿਆਪਕ ਜਿਹੜੇ ਰੈਲੀ ਕਰ ਰਹੇ ਸੀ, ਇਹਨਾਂ ਨੂੰ ਰੋਕਣ ਵਾਸਤੇ 2 DSP ਅਗਵਾਈ ਹੇਠ 250 ਪੁਲਿਸ ਕਰਮੀ ਜਿਹੜੇ ਆ ਉਹ ਤੈਨਾਤ ਕੀਤੇ ਗਏ ਕਿ ਕੋਈ ਦੰਗਾ ਫਸਾਦ ਨਾ ਹੋ ਜੇ। ਫਿਰ ਵੀ ਦੋਸਤੋ ਨਹੀਂ ਰੁਕੇ ਤਾਂ ਉਹਨਾਂ ਤੇ ਅਸੂ ਗੈਸ ਜਿਹੜੀ ਹੈ ਉਹ ਵੀ ਫੇਂਕੀ ਗਈ ਸੀ ਉਹਨਾਂ ਦੇ ਗੋਲੇ। ਤੇ ਕੁੱਲ ਮਿਲਾ ਕੇ ਫੈਸਲਾ ਇਹ ਆਇਆ ਕਿ ਅਗਲੀ ਜਿਹੜੀ 7 ਸਤੰਬਰ ਹੈ ਉਸ ਨੂੰ ਇਹ ਬੈਠਕ ਕਰਨਗੇ ਤੇ ਕੋਈ ਨਾ ਕੋਈ ਫੈਸਲਾ ਜਿਹੜੇ ਹੈ ਉਹ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਦੇਣਗੇ। ਤਾਂ ਦੋਸਤੋ ਦੇਖ ਸਕਦੇ ਹੋ 1 ਮਹੀਨੇ ਹੋਰ ਅੱਗੇ ਹੋ ਗਈ ਇਹ ਡੇਟ। ਤੇ ਉਸ ਤੋਂ ਬਾਅਦ ਤੁਸੀਂ ਦੋਸਤੋ ਪਹਿਲਾਂ ਤਾਂ ਆਪਣੇ ਕੈਪਟਨ ਦੇ ਲਾਰਿਆਂ ਨੂੰ ਇੱਕ ਵਾਰ ਜਿਹੜਾ ਯਾਦ ਕਰ ਲਿਓ, ਕਿਹੜੇ ਕਿਹੜੇ ਲਾਰੇ ਲਾਏ ਸੀ ਕੈਪਟਨ ਨੇ। ਤਾਂ ਕੈਪਟਨ ਨੇ ਕਿਹਾ ਸੀ ਦੋਸਤੋ ਘਰ ਘਰ ਨੌਕਰੀ ਦੇਵਾਂਗੇ, ਦੇਖ ਸਕਦੇ ਹੋ ਦੋਸਤੋ। ਦੂਜਾ ਉਹਨੇ ਕਿਹਾ ਸੀ ਕਿ 2,500 ਰੁਪਏ ਬੇਰੋਜ਼ਗਾਰੀ ਭੱਤਾ ਦਿੱਤਾ ਜਾਏਗਾ। ਬਟ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਨੇ ਦੋਸਤੋ ਕੋਈ ਕੰਮ ਨਹੀਂ ਕੀਤਾ ਤੇ ਜਿੰਨੇ ਕੈਂਡੀਡੇਟ ਸਟੱਡੀ ਕਰਕੇ ਕਾਲਜਾਂ ਤੋਂ ਨਿਕਲੇ ਹੈ, ਜਿਨ੍ਹਾਂ ਕੋਲ ਬੀਐਡ ਦੀ ਡਿਗਰੀ ਹੈ ਦੋਸਤੋ, ਬੀਏ ਦੀ ਹੈ ਜਾਂ ਐਮਏ ਦੀ ਹੈ, ਕੋਈ ਵੀ ਡਿਗਰੀ ਹੈ, ਉਹ ਇੱਦਾਂ ਹੀ ਘੁੰਮ ਰਹੇ ਆ, ਉਹਨਾਂ ਨੂੰ ਘੁੰਮਦੇ ਆ, 3 ਸਾਲ ਹੋ ਗਏ। ਆਖਿਰਕਾਰ ਮਜਬੂਰ ਹੋ ਕੇ ਉਹਨਾਂ ਨੇ ਧਰਨੇ ਸਟਾਰਟ ਕੀਤੇ ਹੈ। ਦੋਸਤੋ ਜੇ ਵੈਕੰਸੀ ਪੰਜਾਬ ਪੁਲਿਸ ਦੀ ਅਨਾਊਂਸ ਨਹੀਂ ਕੀਤੀ ਤਾਂ ਹੋ ਸਕਦਾ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਪੁਲਿਸ ਦੇ ਕੈਂਡੀਡੇਟ ਜਿੰਨੇ ਵੀ ਓਵਰਏਜ ਹੋ ਰਹੇ ਆ ਉਹ ਵੀ ਧਰਨੇ ਸਟਾਰਟ ਕਰ ਦੇਣ। ਤੇ ਦੋਸਤੋ ਇਹਨਾਂ ਨੇ ਡਿਮਾਂਡਾਂ ਕੀ ਰੱਖੀਆਂ ਟੀਚਰਾਂ ਨੇ ਸਰਕਾਰ ਦੇ ਮੂਹਰੇ, ਉਹ ਵੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਦੋਸਤੋ ਇਹਨਾਂ ਨੇ ਕਿਹਾ ਕਿ 15,000 ਪੋਸਟਾਂ ਤੁਰੰਤ ਕੱਢੀਆਂ ਜਾਵੇ, ਯਾਨੀ ਕਿ ਬਿਨਾਂ ਦੇਰ 15,000 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ। ਤੇ ਜਿਹੜੇ ਵਾਅਦੇ ਕੀਤੇ ਸੀ 2,500 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦਾ, ਉਹ ਵੀ ਸ਼ੁਰੂ ਕੀਤਾ ਜਾਵੇ। ਹਾਲਾਂਕਿ ਦੋਸਤੋ ਕੈਪਟਨ ਨੇ ਪੈਸੇ ਬਹੁਤ ਬਚਾ ਲਏ, 3 ਸਾਲ ਤੱਕ ਕਾ ਜੋ ਬੇਰੋਜ਼ਗਾਰੀ ਭੱਤਾ ਹੈ ਕੈਪਟਨ ਨੇ ਪਚਾ ਲਿਆ ਹੈ, ਅਬ 1 ਸਾਲ ਦੇ ਦੇਗਾ ਤਾਂ ਕੋਈ ਫਰਕ ਵੀ ਨਹੀਂ ਪੜੇਗਾ। ਤੋ ਇਸਕੇ ਬਾਅਦ ਦੋਸਤੋ ਯਹਾਂ ਪੇ ਇਹਨੋਨੇ ਇੱਕ ਔਰ ਰੂਲ ਕੀ ਡਿਮਾਂਡ ਕੀ ਹੈ ਕਿ ਟੀਚਰੋਂ ਕਾ ਜੋ ਅਨੁਪਾਤ ਹੈ ਵੋ 30 ਅਧਿਆਪਕੋ ਪੇ ਏਕ ਰਖਾ ਜਾਏ। ਔਰ ਦੋਸਤੋ ਯਹਾਂ ਪੇ ਗ੍ਰੈਜੂਏਸ਼ਨ ਕੇ ਲੀਏ ਜੋ 55% ਕਾ ਰੂਲ ਹੈ ਜਨਰਲ ਕੈਟੇਗਰੀ ਕੇ ਲੀਏ ਵੋ ਵੀ ਹਟਾ ਦਿਆ ਜਾਏ, ਔਰ ਜਿਨ੍ਹਾਂ ਕੈਂਡੀਡੇਟਾਂ ਨੇ ਓਨਲੀ BA ਕਲੀਅਰ ਕੀਤੀ ਹੈ ਉਹ ਵੀ ਇੱਥੇ ਸਿਲੈਕਟ ਹੋ ਸਕਣ। ਤਾਂ ਦੋਸਤੋ ਡਿਮਾਂਡਾਂ ਇਹਨਾਂ ਦੀ ਬਹੁਤ ਵਧੀਆ ਹੈ, ਦੇਖਦੇ ਹਾਂ ਸਰਕਾਰ ਇਹਨਾਂ ਨੂੰ ਸਪੋਰਟ ਕਰਦੀ ਹੈ ਜਾਂ ਬਾਕੀ ਜਿੰਨੇ ਵੀ ਯੁਵਾ ਨੇ ਉਹ ਇਹਨਾਂ ਨੂੰ ਸਪੋਰਟ ਕਰਨਗੇ, ਤਾਂ ਸਰਕਾਰ ਨੂੰ ਮਜਬੂਰ ਹੋ ਕੇ ਇਹਨਾਂ ਦੀ ਡਿਮਾਂਡਾਂ ਪੂਰੀ ਜ਼ਰੂਰ ਕਰਨੀ ਪਏਗੀ। ਸੋ ਦੋਸਤੋ ਅੱਜ ਦੀ ਇਹੀ ਲੇਟੈਸਟ ਨਿਊਜ਼ ਸੀ, ਤੁਹਾਨੂੰ ਵਧੀਆ ਲੱਗੀ ਲਾਈਕ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਦੋਸਤੋ ਇਸ ਨਿਊਜ਼ ਨੂੰ ਤੁਸੀਂ ਸ਼ੇਅਰ ਕਰਿਓ ਤਾਂ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਉਹ ਇਹਨਾਂ ਟੀਚਰਾਂ ਨੂੰ ਸਪੋਰਟ ਜ਼ਰੂਰ ਕਰਨ। ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।